ਸਾਰਾ 2018 ਜਨਵਰੀ ਦੇ ਮਹੀਨੇ ਦੇ ਵਿੱਚ ਪੰਜਾਬ ਦੇ ਕਿਸਾਨਾਂ ਦੇ ਲਈ ਪੰਜਾਬ ਸਰਕਾਰ ਵੱਲੋਂ ਇੱਕ ਕੋਸ਼ਿਸ਼ ਦੇ ਤੌਰ ਦੇ ਉੱਤੇ ਮਾਨਸਾ ਸ਼ਹਿਰ ਦੇ ਵਿੱਚ ਇੱਕ ਸ਼ੁਰੂਆਤ ਕੀਤੀ ਜਾ ਰਹੀ ਆ ਕਿ ਪੰਜਾਬ ਦੇ ਉਹ ਕਿਸਾਨ ਜਿਹੜੇ ਕਰਜ਼ੇ ਦੇ ਵਿੱਚ ਗਲ ਗਲ ਤੱਕ ਡੁੱਬੇ ਹੋਏ ਆ ਉਹਨਾਂ ਦੇ ਲਈ ਕਰਜ਼ਾ ਮੁਆਫੀ ਦਾ ਜਿਹੜਾ ਇੱਕ ਰਾਜ ਪੱਧਰੀ ਸਮਾਗਮ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਹੋਰਾਂ ਦੀ ਅਗਵਾਈ ਦੇ ਵਿੱਚ ਮਾਨਸਾ ਦੇ ਵਿੱਚ ਸਟੇਜਾਂ ਜਿਹੜੀਆਂ ਲੱਗੀਆਂ ਹੋਈਆਂ ਨੇ। ਪਰੰਤੂ ਅਸਲ ਦੇ ਵਿੱਚ ਇਹ ਹੈ ਕਿ ਮਾਨਸਾ ਦੇ ਪਿੰਡਾਂ ਦੇ ਵਿੱਚ ਵੀ ਜਦੋਂ ਅਸੀਂ ਜਾ ਕੇ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਦੋਂ ਪਤਾ ਲੱਗਦਾ ਕਿ ਬਹੁਤੇ ਕਿਸਾਨ ਇਸ ਕਰਜ਼ਾ ਮੁਆਫੀ ਦਾ ਜਿਹੜਾ ਐਲਾਨਨਾਮਾ ਹੈ ਉਹ ਤੋਂ ਬਹੁਤੇ ਖੁਸ਼ ਨਜ਼ਰ ਨਹੀਂ ਆਉਂਦੇ। ਅਤੇ ਦੂਜੇ ਪਾਸੇ ਸੁਖਪਾਲ ਖਹਿਰਾ ਹੋਰੀ ਲਗਾਤਾਰ ਇੱਕ ਆਵਾਜ਼ ਚੁੱਕ ਰਿਹਾ ਕਿ ਭਾਈ ਇਹ ਕਿਸ ਤਰੀਕੇ ਦੀ ਕਰਜ਼ਾ ਮਾਫੀ ਹੈ। ਜੇਕਰ ਹੁਣ ਇੱਕ ਰਾਹਤ ਦੀ ਕਿਰਨ ਦਿਖਾਈ ਦਿੰਦੀ ਹੈ ਤਾਂ ਸੁਖਪਾਲ ਖਹਿਰਾ ਹੋਰਾਂ ਨੂੰ ਉਸ ਕਿਰਨ ਦੇ ਵਿੱਚ ਥੋੜ੍ਹਾ ਜਿਹਾ ਧੁੰਦਲਕਾ ਕਿਉਂ ਨਜ਼ਰ ਆਉਂਦਾ, ਆਓ ਗੱਲਬਾਤ ਕਰਦੇ ਹਾਂ। ਸੁਖਪਾਲ ਖਹਿਰਾ ਹੋਰੀ ਸਾਡੇ ਨਾਲ ਨੇ, ਨਜ਼ਰ ਸਿੰਘ ਮਾਨਸ਼ਾ ਹੀ ਆ ਸਾਡੇ ਨਾਲ ਨੇ। ਖਹਿਰਾ ਸਾਹਿਬ ਤੁਹਾਡਾ ਪਹਿਲਾਂ ਤਾਂ ਸਵਾਗਤ ਹੈ ਜੀ ਨਿੱਘੀ ਧੁੱਪ 'ਚ। ਖਹਿਰਾ ਸਾਹਿਬ, ਜੇ ਪੰਜਾਬ ਸਰਕਾਰ ਕੋਸ਼ਿਸ਼ ਕਰ ਰਹੀ ਹੈ, ਕਹਿੰਦੇ ਆ ਕਿ ਡੁੱਬਦੇ ਨੂੰ ਤਿਣਕੇ ਦਾ ਸਹਾਰਾ, ਅਤੇ ਸਾਨੂੰ ਫਿਰ ਉਹ ਸਹਾਰੇ 'ਤੇ ਵੀ ਕੀ ਇਤਰਾਜ਼ ਆ? ਦੇਖੋ, ਗੱਲ ਇਹ ਆ ਕਿ ਪਹਿਲਾਂ ਆਪਾਂ ਦੇਖੀਏ ਕਿ ਉਹਨਾਂ ਨੇ ਵਾਅਦਾ ਕੀ ਕੀਤਾ ਸੀਗਾ। ਕੈਪਟਨ ਅਮਰਿੰਦਰ ਸਿੰਘ ਦਾ ਜਨਤਕ ਵਾਅਦਾ ਸੀਗਾ ਕਿ ਅਸੀਂ ਪੰਜਾਬ ਦੇ ਕਿਸਾਨ ਦਾ ਕੁੱਲ ਕਰਜ਼ਾ ਮਾਫ਼ ਕਰਾਂਗੇ, ਕਿਉਂਕਿ ਖੁਦਕੁਸ਼ੀਆਂ ਹੋ ਰਹੀਆਂ ਨੇ ਪੰਜਾਬ, ਕੋਈ ਛੋਟੀ ਮੋਟੀ ਨਹੀਂ, ਇਟਸ ਅ ਮੇਜਰ ਸੋਸ਼ਲ ਇਸ਼ੂ ਬਣ ਗਿਆ ਪੰਜਾਬ ਦੇ ਵਿੱਚ। ਇਸ ਨੂੰ ਰੋਕਣ ਲਈ ਉਹਨਾਂ ਨੇ ਇਲੈਕਸ਼ਨ ਤੋਂ ਪਹਿਲਾਂ ਇਹ ਵਾਅਦਾ ਕੀਤਾ ਸੀਗਾ, ਔਰ ਸਾਨੂੰ ਵੀ ਆਸ ਸੀਗੀ ਕਿ ਠੀਕ ਹੈ ਸਰਕਾਰ ਬਣੀ ਆ, ਔਰ ਕਾਂਗਰਸ ਸਰਕਾਰ ਬਣਨ ਵਿੱਚ ਕਿਸਾਨਾਂ ਦਾ ਵੱਡਾ ਹੱਥ, ਕਿਉਂਕਿ ਇਹਨਾਂ ਨੇ ਫਾਰਮ ਭਰਾਏ ਸੀਗੇ। ਅਮਰਿੰਦਰ ਸਿੰਘ ਦਾ ਜ਼ਾਤੀ ਸਿਗਨੇਚਰ ਹੈ ਉਹਦੇ 'ਤੇ, ਹਰ ਫਾਰਮਰ ਦੇ ਨਾਲ, ਹਰ ਕਿਸਾਨ ਦੇ ਨਾਲ ਇਹਨਾਂ ਦਾ ਐਗਰੀਮੈਂਟ ਸੀਗਾ। ਅਤੇ ਹੁਣ 9 ਮਹੀਨੇ ਤੋਂ ਬਾਅਦ ਜਿਹੜਾ ਅਸੀਂ ਰੋਲ ਆਊਟ ਦੇਖ ਰਹੇ ਹਾਂ, ਡੈਟ ਵੇਵਰ ਜਿਹੜਾ ਅੱਜ ਇੱਥੇ ਇੱਕ ਰੈਲੀ ਦੀ ਸ਼ਕਲ 'ਚ ਕਰਨ ਜਾ ਰਿਹਾ, ਉਹਦੇ 'ਚ 170 ਕਰੋੜ ਰੁਪਇਆ ਵੰਡਿਆ ਜਾ ਰਿਹਾ ਲਗਭਗ 47,000 ਕਿਸਾਨਾਂ ਨੂੰ। ਮੇਰਾ ਖਿਆਲ ਹੈ 40,000 ਰੁਪਇਆ ਫੀ ਕਿਸਾਨ ਆਉਂਦਾ। ਵੈਸੇ ਜੇ ਤੁਸੀਂ ਲਿਸਟ ਦੇਖੋਗੇ ਮੇਰੇ ਕੋਲ, ਤੁਹਾਡੇ ਕੋਲ ਹੁਣੇ ਮੈਂ ਦੇ ਦਿੰਦਾ, ਇਹਦੇ 'ਚ ਅਬੋਹਰ ਦੇ ਇੱਕ ਪਿੰਡ ਵਿੱਚ 3 ਰੁਪਈਏ ਦਾ ਚੈੱਕ ਵੀ ਆ, 7 ਰੁਪਏ ਦੇ ਚੈੱਕ ਵੀ ਨੋਟਿਸ ਹੋਏ ਨੇ। ਸੋ ਇਹ ਇੱਕ ਕੋਝਾ ਮਜ਼ਾਕ ਆ ਪੰਜਾਬ ਦੇ ਕਿਸਾਨ ਨਾਲ ਕਿ 40,000 ਰੁਪਏ ਦੇ ਕਰਜ਼ਾ ਮਾਫੀ ਨਾਲ ਖੁਦਕੁਸ਼ੀਆਂ ਰੁਕ ਜਾਣਗੀਆਂ ਪੰਜਾਬ ਦੇ ਵਿੱਚ। ਔਰ ਜਿਹੜਾ ਇਹ ਸਮਾਗਮ ਕਰਨ ਜਾ ਰਹੇ ਆ, ਇੱਥੇ ਗੁਰਦਾਸ ਮਾਨ ਹੋਣੀ ਸੱਦੇ ਹੋਏ ਨੇ, ਇਹ ਕੋਈ ਖੁਸ਼ੀ ਦਾ ਸਮਾਗਮ ਹੈ? ਔਰ ਕੀ ਇਸ ਕਰੋੜਾਂ ਰੁਪਏ ਮੁੱਖ ਮੰਤਰੀ ਨੇ ਇਸ ਸਮਾਗਮ 'ਤੇ ਲਾ ਦੇਣੇ ਆ, ਅਤੇ ਕੀ ਇਸ ਨਾਲ ਪੰਜਾਬ ਦੇ ਵਿੱਚ ਕਿਸਾਨਾਂ ਦਾ ਮਸਲਾ ਹੱਲ ਹੋ ਜਾਊਗਾ? ਇਹੋ ਪੱਖ ਵੱਡਾ ਖਹਿਰਾ ਸਾਹਿਬ ਨੇ ਜਿਹੜੀ ਗੱਲ ਚੁੱਕੀ ਆ ਕਿ ਇਹ ਜਿਹੜਾ ਸਮਾਗਮ ਹੋ ਰਿਹਾ ਬਹੁਤ ਵੱਡੇ ਪੱਧਰ ਦੇ ਉੱਤੇ ਸਮਾਗਮ ਹੋ ਰਿਹਾ, ਠੀਕ ਆ, ਅਸੀਂ ਉਸ ਗੱਲ ਦੇ ਹੱਕ ਦੇ ਵਿੱਚ ਬਿਲਕੁਲ ਖੜਾਂਗੇ ਕਿ ਕਿਸਾਨਾਂ ਨੂੰ ਰਾਹਤ ਮਿਲਣੀ ਚਾਹੀਦੀ ਆ, ਜ਼ਰੂਰ ਫੌਰੀ ਤੌਰ ਦੇ ਉੱਤੇ ਮਿਲਣੀ ਚਾਹੀਦੀ ਆ। ਸਮਾਗਮ ਦੇ ਉੱਤੇ ਜਿਹੜੇ ਖਰਚੇ ਹੋਣੇ ਆ, ਕੀ ਉਹਨਾਂ ਖਰਚਿਆਂ ਦੇ ਨਾਲ ਵੀ ਕਿਸਾਨਾਂ ਨੂੰ ਮਾੜੀ ਮੋਟੀ ਰਾਹਤ ਦਿੱਤੀ ਜਾ ਸਕਦੀ ਸੀ? ਐਡੇ ਵੱਡੇ ਸਮਾਗਮ 'ਤੇ ਖਰਚਾ ਕਰਨ ਨੂੰ ਮੇਰਾ ਖਿਆਲ ਚਲੋ 20-50, 100-200 ਕਿਸਾਨ ਨੂੰ ਹੋਰ ਮਸਲਾ ਹੱਲ ਹੋ ਸਕਦਾ ਸੀਗਾ। ਪਰ ਸਵਾਲ ਇਹ ਆ ਕਿ ਕੀ ਕੈਪਟਨ ਅਮਰਿੰਦਰ ਸਿੰਘ ਨੇ ਜੋ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਉਸ ਦੀ ਪੂਰਤੀ ਹੋ ਰਹੀ ਹੈ? ਕੀ ਇਸ ਤਰ੍ਹਾਂ ਦੇ ਕਰਜ਼ਾ ਮਾਫੀ ਨਾਲ, ਜਿਹੜਾ ਇੱਕ ਐਵੇਂ ਅੱਖਾਂ 'ਚ ਘੱਟਾ ਪਾਉਣ ਵਾਲੀ ਗੱਲ ਹੈ, ਕੀ ਇਸ ਨਾਲ ਪੰਜਾਬ ਦੇ ਕਿਸਾਨਾਂ ਦੀ ਆਤਮ ਹੱਤਿਆ ਰੁਕ ਜਾਣਗੀਆਂ? ਕਿਉਂਕਿ ਪਿਛਲੇ 2 ਦਿਨਾਂ 'ਚ ਜਦੋਂ ਕਿਸਾਨ ਆਪਣੀ ਲਿਸਟਾਂ ਦੇਖਦੇ ਨੇ, ਜਾ ਕੇ ਸਿਕੰਦਰ ਸਿੰਘ ਸੰਗਰੂਰ ਦੇ ਪਿੰਡ ਦਾ ਇੱਕ ਕਿਸਾਨ, ਉਸਨੇ ਦੇਖਿਆ ਲਿਸਟ ਵਿੱਚ ਜਾ ਕੇ ਆਪਣਾ ਨਾਮ ਨਹੀਂ ਪਾਇਆ, ਖੁਦਕੁਸ਼ੀ ਕਰ ਲਈ। ਇੱਕ ਬਰਨਾਲੇ ਦੇ ਕਿਸਾਨ ਨੇ ਕੱਲ੍ਹ ਲਿਸਟ ਦੇਖੀ ਅਤੇ ਨਹੀਂ ਪਾਇਆ ਨਾਮ, ਤਾਂ ਖੁਦਕੁਸ਼ੀ ਕਰ ਲਈ। ਸੋ ਮੇਰਾ ਇਹ ਮੰਨਣਾ ਵਾ ਕਿ ਇਹ ਮਹਿਜ਼ ਇੱਕ ਡਰਾਮਾ ਰਚਿਆ ਜਾ ਰਿਹਾ ਵਾ, ਇਸ ਲਈ ਇਸ ਡਰਾਮੇ ਦਾ ਵਿਰੋਧ ਕਰਨ ਲਈ ਅਸੀਂ ਆਏ ਹਾਂ ਆਮ ਆਦਮੀ ਪਾਰਟੀ, ਤਾਂ ਕਿ ਸਰਕਾਰ 'ਤੇ ਪ੍ਰੈਸ਼ਰ ਪਵੇ ਸਹੀ, ਕਿ ਜੇ ਤਾਂ ਤੁਸੀਂ ਪੰਜਾਬ ਦੇ ਕਿਸਾਨਾਂ ਦੀ ਆਰਥਿਕ ਮੰਦਹਾਲੀ ਦਾ ਕੋਈ ਜੈਨੂਅਨ ਹੱਲ ਕੱਢਣਾ, ਅਸੀਂ ਤੁਹਾਡੇ ਨਾਲ ਹਾਂ। ਲੇਕਿਨ ਆਹ ਸਮਾਗਮ ਕਰਕੇ ਗਾਇਕ ਬੁਲਾ ਕੇ ਅਤੇ 40-40 ਹਜ਼ਾਰ ਜਾਂ 7 ਰੁਪਈਏ ਜਾਂ 3 ਰੁਪਏ ਦੇ ਚੈੱਕ ਦੇ ਦੇਣੇ, ਦਿਸ ਇਜ਼ ਏ ਮੇਜਰ ਫਰੋਡ। ਜਿਹੜਾ ਔਰ ਜਿਹੜਾ ਕੰਟਰੈਕਟ ਸਾਈਨ ਕੀਤਾ ਅਮਰਿੰਦਰ ਸਿੰਘ, ਦੱਸਣ ਨਾ ਕਿ ਅਸੀਂ ਕਿਉਂ ਮੁੱਕਰ ਰਹੇ ਉਸ ਤੋਂ। ਜਿਹੜਾ ਅੱਜ ਦੀ ਡੇਟ ਵਿੱਚ ਕਿਸਾਨਾਂ ਦਾ ਕਰਜ਼ਾ ਕਿੰਨਾ, ਸੁਣ ਲਓ ਅੱਛੀ ਤਰ੍ਹਾਂ ਨਾਲ, ਅੱਜ ਕਿਸਾਨ ਦਾ ਕਰਜ਼ਾ ਲਗਭਗ 1,00,000 ਕਰੋੜ ਰੁਪਈਆ ਵਾ, ਅਤੇ ਕਿੰਨਾ ਸਰਕਾਰ ਦੇਣ ਜਾ ਰਹੀ? ਚਲੋ ਜੇ ਇਹਨਾਂ ਦੇ ਅਨੁਸਾਰ ਇਸੇ ਹੀ ਆਹ ਜਿਹੜਾ ਹੁਣ ਇਹਨਾਂ ਨੇ ਇਨੀਸ਼ੀਏਟਿਵ ਲਿਆ, ਇਹਦੇ 'ਚ 750 ਕਰੋੜ ਰੁਪਈਏ ਦੀ ਰਾਸ਼ੀ ਦੇਣ ਜਾ ਰਹੀ ਹੈ, ਜਿਹਦੇ 'ਚੋਂ ਪਹਿਲੀ ਕਿਸ਼ਤ ਕਹਿੰਦੇ ਨੇ 170 ਕਰੋੜ ਦੇ ਅਸੀਂ ਦੇਣ ਜਾ ਰਹੇ ਹਾਂ। ਕਿੱਥੇ 1,00,000 ਕਰੋੜ, ਕਿੱਥੇ 750 ਕਰੋੜ, ਦੈਟ ਮੀਨਸ 5-7%, ਔਰ ਉਹ ਵੀ ਪੂਰਾ ਨਹੀਂ, ਉਹ ਵੀ 2 ਲੱਖ ਤੋਂ ਥੱਲੇ ਥੱਲੇ। ਔਰ ਜਿਹੜੇ ਕਿਸਾਨ ਦਾ ਕਰਜ਼ਾ 2,10,000 ਰੁਪਈਆ ਨਾ, ਉਹਨੂੰ ਵੀ ਕੱਢਤਾ ਬਾਹਰ। ਮੇਰੇ ਖਿਆਲ ਹੁਣ ਆਧਾਰ ਕਾਰਡ ਵੀ ਮੰਗਣਗੇ, ਕਈ ਤਰ੍ਹਾਂ ਦੀਆਂ ਸ਼ਰਤਾਂ ਲਾ ਦੇਣ ਤਾਂ ਕਿ ਇਸ ਪੈਕੇਜ ਨੂੰ ਮਿਨੀਮਾਈਜ਼ ਕੀਤਾ ਜਾਵੇ। ਔਰ ਦੂਜਾ ਇੱਕ ਹੋਰ ਮੈਨੂੰ ਦੁੱਖ ਦੀ ਗੱਲ ਹੈ, ਬੈਂਕਾਂ ਵਾਲਿਆਂ ਨੇ ਕਿਸਾਨਾਂ ਦੇ ਘਰਾਂ ਦੇ ਬਾਹਰ ਧਰਨੇ ਦੇਣੇ ਸ਼ੁਰੂ ਕਰ ਦਿੱਤੇ। ਪਹਿਲੀ ਵਾਰ ਮੈਂ ਦੇਖ ਰਿਹਾ ਵਾਂ ਕਿ ਜਿਹੜੀ ਸਰਕਾਰ ਕਹਿੰਦੀ ਸੀ ਕਰਜ਼ਾ ਕੁਰਕੀ ਖਤਮ, ਅਤੇ ਬੈਂਕ ਮੁਲਾਜ਼ਮ ਜਾ ਬੈਂਕਾਂ ਦੇ ਸਟਾਫ ਜਾ ਰਹੇ ਦਰੀ ਵਿਛਾ ਕੇ, ਇੱਕ ਤਾਂ ਉਹਨਾਂ ਦੀ ਕਿਸਾਨਾਂ ਦੀ ਤੋਹੀਨ ਕਰ ਰਹੇ ਨੇ, ਇੱਕ ਉਹਨਾਂ ਦੇ ਮਾਨਸਿਕ ਦਬਾਅ ਪਾ ਰਹੇ ਨੇ ਕਿ ਤੁਸੀਂ ਵੀ ਆਤਮ ਹੱਤਿਆ ਕਰੋ। ਨਹੀਂ, ਪਰ ਉਹਦੇ ਨਾਲ ਕੁਝ ਇੱਕ ਐਸੇ ਅਕਾਲੀ ਦਲ ਦੇ ਪੁਰਾਣੇ ਆਗੂ ਨੇ ਜਿਨ੍ਹਾਂ ਨੇ ਕਰਜ਼ਾ ਮੋੜਨ ਦੀ ਵੀ ਸ਼ੁਰੂਆਤ ਕੀਤੀ ਹੈ, ਜੇਕਰ ਬੈਂਕ ਵਾਲਿਆਂ ਨੇ ਧਰਨਾ ਦਿੱਤਾ। ਚਲੋ, ਕਿਸੇ ਪੋਲੀਟੀਕਲ ਆਦਮੀ ਦੀ ਜਾਂ ਕੋਈ ਵੱਡਾ ਡਿਫਾਲਟਰ ਆ ਮੰਨ ਲਿਆ ਜੀ, ਉਹਦਾ ਵੀ ਤਰੀਕੇਕਾਰ ਹੈ ਨਾ, ਤੁਸੀਂ ਇੱਦਾਂ ਜਾ ਕੇ ਉਹਦੀ ਤੋਹੀਨ ਥੋੜ੍ਹਾ ਕਰ ਸਕਦੇ ਹੋ।
ਜੇ ਫਰਜ਼ ਕਰੋ ਆਉਣ ਵਾਲੇ ਦਿਨਾਂ 'ਚ ਬੈਂਕਾਂ ਦੇ ਇਸ ਕਦਮ ਤੋਂ ਲੋਕਾਂ ਨੇ ਹੋਰ ਆਤਮ ਹੱਤਿਆ ਕਰਤੀ, ਕੌਣ ਜ਼ਿੰਮੇਵਾਰ ਹੋਊਗਾ? ਕਿ ਅਮਰਿੰਦਰ ਸਿੰਘ ਉਹਦੇ ਜ਼ਿੰਮੇਵਾਰ ਹੋਣਗੇ, ਪਰਚੇ ਦਰਜ ਕਰਾਉਣਗੇ ਆਪਣੇ ਆਪ ਦੇ ਉੱਤੇ? ਸੋ ਇਹ ਸਾਰਾ ਸਾਡਾ ਇਹ ਮੰਨਣਾ ਵਾ ਕਿ ਜਿਹੜਾ ਇਹ ਕਰਜ਼ੇ ਦੀ ਮਾਫ਼ੀ 'ਤੇ ਸਾਰਾ ਇੱਕ ਅਡੰਬਰ ਰਚਿਆ ਜਾ ਰਿਹਾ ਸਰਕਾਰੀ ਖਰਚੇ ਦੇ ਉੱਤੇ, ਇਹ ਸਾਰਾ ਇੱਕ ਫਰੋਡ ਆ। ਇਸ ਕਰਕੇ ਇਸ ਫਰੋਡ ਦੀ ਦਾ ਵਿਰੋਧ ਕਰਨ ਵਾਸਤੇ ਅੱਜ ਆਮ ਆਦਮੀ ਪਾਰਟੀ ਕਾਲੀਆਂ ਝੰਡੀਆਂ ਦਿਖਾਵੇਗਾ ਤਾਂ ਕਿ ਸਰਕਾਰ ਆਪਣੇ ਪੈਰਾਂ 'ਤੇ ਆਵੇ ਅਤੇ ਸਹੀ ਮਾਇਨਿਆਂ ਵਿੱਚ ਕਿਸਾਨਾਂ ਦੀ ਅਸਲ ਮਦਦ ਕਰੇ। ਮੈਂ ਤਾਂ ਸਮਝਦਾ ਕਿ ਜੇ 750 ਕਰੋੜ ਰੁਪਏ ਖਰਚਣਾ ਸੀਗਾ ਪਹਿਲਾਂ, ਜਿਹੜੇ ਕਿਸਾਨ ਅੱਜ ਤੋਂ ਕੁਛ ਸਾਲਾਂ ਤੋਂ ਲੈ ਕੇ ਆਤਮ ਹੱਤਿਆ ਕਰ ਚੁੱਕੇ, ਪਹਿਲਾਂ ਉਹਨਾਂ ਨੂੰ ਤੁਸੀਂ ਕਰਜ਼ਾ ਮੁਕਤ ਕਰ ਦਿਓ, ਤੁਸੀਂ ਉਹਨਾਂ ਨੂੰ ਛੱਡ ਦਿੱਤਾ ਪੁਰਾਣੇ ਜਿਹੜੇ ਆ, ਅਤੇ ਨਵਿਆਂ ਵਾਲੇ ਪਾਸੇ ਤੁਸੀਂ ਤੁਰ ਪਿਓ। ਔਰ ਇਸ 750 ਕਰੋੜ ਨਾਲ ਜਾਂ ਥੋੜ੍ਹੇ ਥੋੜ੍ਹੇ ਪੈਸਿਆਂ ਨਾਲ 40-50 ਹਜ਼ਾਰ ਨਾਲ ਕਿਸਾਨਾਂ ਦਾ ਮਸਲਾ ਹੱਲ ਨਹੀਂ ਹੋਣਾ। ਪਿਆਰੇ ਦਰਸ਼ਕੋ, ਇੱਕ ਗੱਲ ਬੜੀ ਮਹੱਤਵਪੂਰਨ ਆ ਕਿ 5 ਰੁਪਏ ਅਤੇ 7 ਰੁਪਏ ਦੇ ਚੈੱਕ, ਇਹ ਉਹੀ ਵਕਤ ਯਾਦ ਕਰੋ ਜਦੋਂ ਚਿੱਟੀ ਮੱਖੀ ਦੇ ਨੁਕਸਾਨ ਤੋਂ ਬਾਅਦ ਅਕਾਲੀ ਦਲ ਵੱਲੋਂ ਵੀ ਇਸੇ ਤਰ੍ਹਾਂ ਦੇ ਚੈੱਕ ਜਿਹੜੇ ਵੰਡੇ ਗਏ ਸੀਗੇ। ਅਮਨ ਅਰੋੜਾ ਜੀ, ਤੁਸੀਂ ਵਿਰੋਧ ਕਰਨ ਦੇ ਲਈ ਸਾਰੀ ਆਮ ਆਦਮੀ ਪਾਰਟੀ ਪਹੁੰਚੀ ਹੋਈ ਹੈ, ਪਰੰਤੂ ਅਸਲ ਦੇ ਵਿੱਚ ਗੱਲ ਇਹ ਹੈ ਕਿ ਫਿਰ ਕਿਸਾਨੀ ਦੇ ਮਸਲੇ ਦੇ ਹੱਲ ਦੇ ਲਈ ਠੀਕ ਹੈ ਕਿ ਵਿਰੋਧ ਕਰਨਾ ਸਾਡਾ ਹੱਕ ਹੈ ਔਰ ਸਾਨੂੰ ਕਰਨਾ ਵੀ ਚਾਹੀਦਾ, ਕਿਸਾਨਾਂ ਦੀ ਹਾਲਤ ਨੂੰ ਸੁਧਾਰਨ ਦੇ ਲਈ ਕਿਸ ਤਰੀਕੇ ਦਾ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਪ੍ਰੋਗਰਾਮ ਉਲੀਕੇ ਜਾਣਗੇ ਅਸਲ 'ਚ ਜੇ ਪੰਜਾਬ ਦੇ ਕਿਸਾਨ ਨੂੰ ਸਾਂਭਣਾ ਤਾਂ? ਦੇਖੋ, ਸਭ ਤੋਂ ਵੱਡੀ ਗੱਲ ਤਾਂ ਇਹ ਹੈ, ਸਾਡਾ ਜਿਹੜਾ ਮਕਸਦ ਹੈ ਇੱਥੇ ਪੂਰੀ ਆਮ ਆਦਮੀ ਪਾਰਟੀ ਸਾਰੇ MLA ਸਾਹਿਬ ਦਾ ਇੱਥੇ ਆਉਣ ਦਾ ਮਕਸਦ ਸਿਰਫ ਇੰਨਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜੋ ਆਪਦੀ ਰਾਹੁਲ ਗਾਂਧੀ ਔਰ ਸੋਨੀਆ ਗਾਂਧੀ ਦੀ ਫੋਟੋ ਲਾ ਇਹਨਾਂ ਨੇ ਐਫੀਡੇਵਿਟ ਦਿੱਤੇ ਸੀਗੇ, ਅਸੀਂ ਇਹਨਾਂ ਨੂੰ ਉਹ ਦਿਖਾਉਣੇ ਨੇ ਕਿ ਤੁਹਾਨੂੰ ਯਾਦ ਹੈ ਕਿ ਸਾਲ ਪਹਿਲਾਂ ਤੁਸੀਂ ਆਹ ਵਾਅਦੇ ਕੀਤੇ ਸੀਗੇ, 90,000 ਕਰੋੜ ਦਾ ਵਾਅਦਾ ਕਰਕੇ ਅੱਜ ਮਹਿਜ਼ ਉੱਠ ਦੇ ਮੂੰਹ ਦੇ ਵਿੱਚ ਜੀਰਾ ਦੇ ਕੇ ਇਹ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਕਿਸਾਨਾਂ ਨੂੰ, ਖੇਤ ਮਜ਼ਦੂਰਾਂ ਨੂੰ ਇਹ ਬੇਵਕੂਫ ਬਣਾਉਣ ਲੱਗੇ ਨੇ। ਇਹ ਕੰਮ ਆਮ ਆਦਮੀ ਪਾਰਟੀ ਸਹਿਣ ਨਹੀਂ ਕਰੂਗੀ। ਸਾਨੂੰ ਚੌਂਕੀਦਾਰ ਦੀ ਭੂਮਿਕਾ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਵਿੱਚ ਭੇਜਿਆ, ਅਸੀਂ ਉਹੀ ਅੱਜ ਜੋ ਚੌਂਕੀਦਾਰ ਡਾਂਗ ਖੜਕਾ ਕੇ ਸਰਕਾਰ ਨੂੰ ਲੋਕਾਂ ਨੂੰ ਜਗਾਉਂਦਾ ਹੁੰਦਾ, ਅਸੀਂ ਉਹ ਕੰਮ ਕਰਨ ਆਇਆ। ਔਰ ਮੈਂ ਸਮਝਦਾ ਕਿ ਇਹ ਜਿਵੇਂ ਖਹਿਰਾ ਸਾਹਿਬ ਨੇ ਬੜੇ ਵਿਸਤਾਰ ਦੇ ਵਿੱਚ ਗੱਲ ਕੀਤੀ ਹੈ, ਇਹ ਮਹਿਜ਼ ਡਰਾਮੇਬਾਜ਼ੀ ਕਰਕੇ ਕਿਸਾਨੀ ਨੂੰ, ਪੰਜਾਬ ਦੇ ਕਿਸਾਨ ਨੂੰ ਇਸ ਗੁਰਬਤ ਦੇ ਵਿੱਚੋਂ ਨਹੀਂ ਕੱਢਿਆ ਜਾਣਾ ਹੈਗਾ। ਇਹਦੇ ਲਈ ਸਰਕਾਰ ਨੂੰ ਇੱਕ ਵਿਆਪਕ ਪਾਲਿਸੀ ਬਣਾਉਣੀ ਪੈਣੀ ਹੈ, ਖੇਤੀ ਨੂੰ ਜਿਹੜਾ ਕਿ ਅੱਜ ਨੁਕਸਾਨ ਵਾਲਾ ਧੰਦਾ ਬਣ ਚੁੱਕਿਆ, ਉਹਦੇ ਲਈ ਜਿਹੜੇ ਮੁਕੰਮਲ ਕਦਮ ਨੇ ਉਹ ਉਠਾਉਣੇ ਪੈਣਗੇ। ਹਾਂ, ਆਹ ਕੰਮ ਜਿਹੜਾ ਇਹ ਅੱਜ ਕਰ ਲੱਗੇ ਨੇ, ਠੀਕ ਹੈ, ਅੱਜ ਚਾਹੇ ਜਿਸ ਕਿਸਾਨ ਨੂੰ ਵੀ ਇਹ ਜਿੰਨਾ ਵੀ ਦੇ ਰਹੇ ਨੇ, ਠੀਕ ਹੈ, ਚੰਗੀ ਗੱਲ ਹੈ, ਪਰ ਜਿੰਨਾ 90,000 ਕਰੋੜ ਦਾ ਅਤੇ ਪੰਜਾਬ ਦੇ ਸਾਰੇ ਕਿਸਾਨਾਂ ਨੂੰ ਇਹਨਾਂ ਨੇ ਕਰਜ਼ਾ ਮੁਕਤ ਕਰਨ ਦੀ ਗੱਲ ਕੀਤੀ ਸੀਗੀ, ਜੇ ਕੈਪਟਨ ਅਮਰਿੰਦਰ ਸਿੰਘ ਰੋਜ਼ ਫੰਕਸ਼ਨ ਕਰਨਗੇ, ਰੋਜ਼ ਕਰਜ਼ਾ ਮਾਫ਼ ਕਰਨਗੇ, ਤਾਂ ਪੰਜਾਬ ਦਾ ਕਿਸਾਨ ਹੈ ਜਿਹੜਾ ਉਹ ਕਰਜ਼ਾ ਮੁਕਤ ਹੋਊਗਾ, ਇਹ ਯਾਦ ਕਰਾਉਣ ਦੇ ਲਈ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ। ਪਰ ਇਹ ਫੰਕਸ਼ਨਾਂ ਦੇ ਪੈਸੇ ਬਹੁਤ ਖਰਚਣਗੇ ਜੀ ਖਹਿਰਾ ਸਾਹਿਬ। ਇੱਕ ਜਿਹੜਾ ਅਸਲ ਕਿਸਾਨੀ ਦਾ ਹੱਲ ਹੈ ਨਾ ਜੀ, ਜਿਹੜਾ ਕਿ ਇਹ ਰਵਾਇਤੀ ਪਾਰਟੀਆਂ ਉੱਧਰ ਨੂੰ ਮੂੰਹ ਨਹੀਂ ਕਰ ਰਹੀਆਂ, ਉਹ ਹੈਗਾ ਵਾ ਕਿ ਕਿਸਾਨ ਦੀਆਂ ਫਸਲਾਂ ਦੇ ਭਾਅ ਨਹੀਂ ਠੀਕ ਮਿਲੇ ਉਹਨਾਂ ਨੂੰ ਓਵਰ ਅ ਪੀਰੀਅਡ ਆਫ ਟਾਈਮ, ਕਈ ਸਾਲਾਂ ਤੋਂ। ਔਰ ਸਵਾਮੀਨਾਥਨ ਕਮੇਟੀ ਦੀ ਰਿਕਮੈਂਡੇਸ਼ਨ ਕਾਂਗਰਸ ਨੇ ਵੀ ਵਾਅਦਾ ਕੀਤਾ ਆਪਣੇ ਮੈਨੀਫੈਸਟੋ 'ਚ, BJP ਨੇ ਵੀ ਕੀਤਾ, ਅਕਾਲੀਆਂ ਨੇ ਵੀ ਕੀਤਾ। BJP ਦਿੱਲੀ 'ਚ ਮੁੱਕਰ ਗਈ ਆ ਅਤੇ ਕਾਂਗਰਸ ਪੰਜਾਬ 'ਚ ਮੁੱਕਰ ਗਈ, ਕਿਉਂਕਿ ਜਦ ਤੱਕ ਐਗਰੀਕਲਚਰ ਨੂੰ ਪ੍ਰੋਫਿਟੇਬਲ ਕਿੱਤਾ ਨਹੀਂ ਬਣਾਇਆ ਜਾਵੇਗਾ, ਉਨੀ ਦੇਰ ਤਾਈਂ ਕਰਜ਼ਾ ਤੁਸੀਂ ਅੱਜ 40,000 ਰੁਪਇਆ ਲਾ ਦਿਓਗੇ, ਪਰਸੋਂ ਨੂੰ ਫਿਰ ਚੜ ਜੂਗਾ। ਔਰ ਇਹ ਕ੍ਰੋਪ ਲੋਨ ਲਾ ਰਹੇ ਨੇ, ਕ੍ਰੋਪ ਲੋਨ ਦਾ ਹਰ 6 ਮਹੀਨੇ ਫਸਲ ਕਰਜ਼ਾ ਚੁੱਕਣਾ ਕਿਸਾਨ ਨੇ, ਇਹ ਸਾਰਾ ਮੀਨਿੰਗਲੈਸ ਹੈਗਾ। ਔਰ ਨਾਲੇ ਦੂਜੀ ਗੱਲ ਹੈ, ਲਾਸਟ ਜਿਹੜੀ ਗੱਲ ਕਹਿਣਾ ਚਾਹੁੰਦਾ ਕਿ ਇਸ ਦੇਸ਼ ਵਿੱਚ ਕਦੀ ਵੀ ਕਿਸਾਨ ਪ੍ਰਤੀ ਕੋਈ ਨੀਤੀ ਨਹੀਂ ਬਣਾਈ ਗਈ। ਤੁਸੀਂ ਦੇਖੋ ਅੱਜ ਮੋਦੀ ਸਾਹਿਬ ਦੀ ਗਵਰਨਮੈਂਟ ਬੈਡ ਡੈਟਸ ਕਹਿ ਕੇ ਵੱਡੇ ਬੈਂਕਾਂ ਦਾ, ਜਿਹੜੇ ਨੈਸ਼ਨਲਾਈਜ਼ ਬੈਂਕ ਆ, ਜਿਹੜੇ ਸਰਕਾਰ ਦੇ ਬੈਂਕ ਆ, ਉਹਦਾ 8 ਲੱਖ ਕਰੋੜ ਰੁਪਈਆ ਮਾਫ਼ ਹੋਣਾ ਹੁਣ। ਉਹਦੇ 'ਚੋਂ ਉਹ ਜ਼ਿਆਦਾ ਹੈਰਾਨਗੀ ਦੀ ਗੱਲ ਹੈ ਕਿ ਰਿਜ਼ਰਵ ਬੈਂਕ ਆਫ ਇੰਡੀਆ ਨੇ ਕਿਹਾ ਕਿ ਜਿਹੜੇ 8 ਲੱਖ ਕਰੋੜ ਦੇ ਬੈਡ ਡੈਟਸ ਆ, ਉਹਦੇ 'ਚੋਂ 2 ਲੱਖ ਕਰੋੜ ਰੁਪਈਆ ਮਹਿਜ਼ 12 ਘਰਾਣਿਆਂ ਦਾ ਵਾ। ਪੰਜਾਬ ਦੇ ਕਿਸਾਨ ਦਾ 1 ਲੱਖ ਕਰੋੜ ਕਰਜ਼ਾ ਲੱਖਾਂ ਘਰਾਂ ਦਾ, ਅਤੇ 12 ਘਰਾਂ ਨੇ ਇਸ ਦੇਸ਼ ਦੇ ਬੈਂਕਾਂ ਦਾ 2 ਲੱਖ ਕਰੋੜ ਰੁਪਇਆ ਮਾਰਿਆ, ਉਹਦਾ ਉਹ ਮਾਫ਼ ਹੋ ਜਾਣਾ ਵਾ? ਉਹਨਾਂ ਦੇ ਘਰ ਕਿਸੇ ਬੈਂਕ ਵਾਲਿਆਂ ਨੇ ਜਾ ਕੇ ਧਰਨਾ ਨਹੀਂ ਮਾਰਨਾ? ਕਿਸਾਨਾਂ ਨੂੰ ਉਹਨਾਂ ਦੀ ਫੋਟੋਆਂ ਲਾ, ਉਹਨਾਂ ਦੀ ਤੁਹੀਨ ਕਰ, ਉਹਨਾਂ ਦੀ ਬੇਇੱਜ਼ਤੀ ਕਰ, ਇਹ ਸਾਰਾ ਇੱਕ ਐਂਟੀ ਫਾਰਮਰ ਪਾਲਿਸੀ ਗਵਰਨਮੈਂਟ ਆਫ ਇੰਡੀਆ ਮੋਦੀ ਸਾਹਿਬ ਦੀ ਵੀ ਅਤੇ ਪੰਜਾਬ ਦੇ ਵਿੱਚ ਵੀ ਨਜ਼ਰ ਆ ਰਹੀ ਆ। ਔਰ ਇੱਕ ਨਾਲ ਮੈਂ ਹੋਰ ਐਡ ਕਰਨਾ ਕਿ ਕਿਸਾਨ ਦਾ ਤਾਂ ਮਾੜਾ ਮੋਟਾ ਸਾਰ ਲੈ ਰਹੀ ਹੈ ਸਰਕਾਰ, ਜਿਹੜੇ ਗਰੀਬ ਦਲਿਤ ਖੇਤ ਮਜ਼ਦੂਰ। ਹਾਂ, ਖੇਤ ਮਜ਼ਦੂਰ ਤਾਂ ਆ ਰਹੇ ਸੀ ਸਰਕਾਰ ਕੋਲ, ਖੇਤ ਮਜ਼ਦੂਰਾਂ ਵਾਸਤੇ ਤਾਂ ਇੱਕ ਲਿਸਟ ਵੀ ਨਹੀਂ ਹੈ ਕਿ ਇਹਨਾਂ, ਇਹ ਤਾਂ ਹੁਣ ਤੱਕ ਕੱਢ ਵੀ ਨਹੀਂ ਪਾਏ ਕਿ ਕਿਹੜੇ ਖੇਤ ਮਜ਼ਦੂਰ 'ਤੇ ਕਿੰਨਾ ਕਰਜ਼ਾ, ਕਿਹਦਾ ਕਰਜ਼ਾ, ਉਹਨਾਂ ਦਾ ਕਰਜ਼ਾ ਵੀ ਘੱਟ ਆ ਜੀ। ਘੱਟੋ ਘੱਟ ਉਹ ਪਹਿਲ ਕਦਮੀ ਉਹਦੇ ਨਾਲ ਨਾਲ ਉਹਨਾਂ ਦਾ ਵੀ ਕਰਜ਼ਾ ਮਾਫ਼ ਹੋਣਾ ਚਾਹੀਦਾ ਕਿ ਉਹ ਗਰੀਬ ਆਦਮੀ ਨੇ, ਉਹ ਤਾਂ ਦਿਹਾੜੀ ਕਰਕੇ
ਕਿਸਾਨ ਤਾਂ ਫਿਰ ਵੀ ਕਿੱਲਾ ਦੋ ਤਿੰਨ ਕਿੱਲੇ ਕੁਛ ਨਾ ਕੁਛ ਉਹਦੇ ਕੋਲ ਆਸ ਹੈਗੀ ਆ। ਜਿਹੜਾ ਵਰਕਰ ਹੈਗਾ, ਜਿਹੜਾ ਖੇਤ ਮਜ਼ਦੂਰ ਆ, ਉਹਦੇ ਕੋਲ ਤਾਂ ਕੱਖ ਵੀ ਨਹੀਂ ਗਾ, ਉਹ ਤਾਂ ਲੈਂਡਲੈਸ ਲੇਬਰਰ ਆ, ਉਹ ਤਾਂ ਕਿਸਾਨ ਦੇ ਨਾਲ ਹੀ ਉਹ ਪਿਸੀ ਜਾਂਦਾ ਵਾ। ਇਸ ਲਈ ਉਹਦਾ ਕਰਜ਼ਾ ਵੀ ਮਾਫ਼ ਹੋਣਾ ਜਿਹੜਾ ਕਿ ਕੁਆਂਟਮ ਗਵਰਨਮੈਂਟ ਆਫ ਪੰਜਾਬ ਕੱਢੇ, ਇਹਦਾ ਕਿੰਨਾ ਵਾ ਮੇਰਾ ਖਿਆਲ ਹੈ ਕਿ ਉਹ ਬਹੁਤ ਘੱਟ ਕਰਜ਼ਾ ਹੋਵੇਗਾ। ਉਹਨਾਂ ਦਾ ਕਰਜ਼ਾ ਮਾਫ਼ ਹੋਣਾ ਵੀ ਲਾਜ਼ਮੀ ਇਸ ਕਰਜ਼ੇ ਦੇ ਨਾਲ ਹੈ। ਅਸਲ ਦੇ ਵਿੱਚ ਕੀ ਹੈ ਕਿ ਜਦੋਂ ਖੇਤੀਬੰਦ ਲਾਹੇਵੰਦ ਧੰਦਾ ਨਹੀਂ ਰਹੀ, ਖੇਤੀ ਕਿਸਾਨ ਆਪ ਖੇਤੀ ਛੱਡ ਚੁੱਕਿਆ, ਤਾਂ ਖੇਤ ਮਜ਼ਦੂਰ ਨੇ ਵੀ ਦਿਹਾੜੀ ਕਿੱਥੇ ਕਰਨ ਜਾਣਾ ਸੀ। ਇਸੇ ਕਰਕੇ ਪੰਜਾਬ ਦੇ ਖੇਤ ਮਜ਼ਦੂਰ ਦੀ ਹਾਲਤ ਮਾੜੀ ਹੋਈ ਹੈ। ਜੇ ਕਿਸਾਨੀ ਕਰਜ਼ਾ ਮਾਫ਼ ਕਰਨ ਦੀ ਗੱਲ ਪੰਜਾਬ ਸਰਕਾਰ ਕਰ ਰਹੀ ਹੈ, ਤਾਂ ਨਾਲ ਖੇਤ ਮਜ਼ਦੂਰ ਅਤੇ ਪੰਜਾਬ ਦੇ ਮਜ਼ਦੂਰ ਦੀ ਸਾਰ ਲੈਣ ਵਾਸਤੇ ਦੇਖਦੇ ਹਾਂ ਕਿ ਜਿਹੜਾ ਸਮਾਗਮ ਰਾਜ ਪੱਧਰੀ ਸਰਕਾਰ ਵੱਲੋਂ ਕੀਤਾ ਜਾ ਰਿਹਾ ਕਿ ਉਸ ਦੇ ਵਿੱਚ ਖੇਤ ਮਜ਼ਦੂਰਾਂ ਲਈ ਵੀ ਕੋਈ ਨਾ ਕੋਈ ਆਸ ਦੀ ਕਿਰਨ ਨਿਕਲਦੀ ਹੈ ਜਾਂ ਨਹੀਂ ਨਿਕਲਦੀ। ਹੱਕ ਜਿਨ੍ਹਾਂ ਦੇ ਆਪਣੇ ਆਪੇ ਲੈਣਗੇ ਖੋ, ਹਾਲਾਂਕਿ ਇਹ ਇੱਕ ਪੁਰਾਣੀ ਕਹਾਵਤ ਹੈ, ਪਰੰਤੂ ਗੱਲ ਇਹ ਹੈ ਕਿ ਮਾਨਸਾ ਦੇ ਵਿੱਚ ਕਿਸਾਨ ਕਰਜ਼ਾ ਮਾਫ਼ੀ ਦੇ ਨਾਂ ਦੇ ਤਹਿਤ ਪੰਜਾਬ ਸਰਕਾਰ ਵੱਲੋਂ 170 ਕਰੋੜ ਰੁਪਏ ਦੀ ਜਿਹੜੀ ਪਹਿਲੀ ਕਿਸ਼ਤ ਜਾਰੀ ਕੀਤੀ ਜਾਣੀ ਹੈ ਵੱਖ ਵੱਖ ਕਿਸਾਨਾਂ ਦੇ ਰੂਪ ਦੇ ਵਿੱਚ। ਆਪ ਹੀ ਕਿਸਾਨ ਇਸ ਮਾਮਲੇ ਤੋਂ ਸੰਤੁਸ਼ਟ ਨਹੀਂ, ਕਿਸਾਨ ਇਸ ਗੱਲ ਤੋਂ ਸੰਤੁਸ਼ਟ ਨਹੀਂ ਕਿ ਸਰਕਾਰ ਕਰਜ਼ਾ ਮਾਫ਼ ਕਰ ਰਹੀ ਹੈ, ਤਾਂ ਕਿਸਾਨਾਂ ਦਾ ਕਰਜ਼ਾ ਕਿਸ ਤਰੀਕੇ ਨਾਲ, ਕਿਹੜੇ ਕਿਸਾਨਾਂ ਦਾ ਮਾਫ਼ ਕਰ ਰਹੀ ਹੈ, ਕਿਸਾਨ ਵਿਰੋਧ ਕਿਉਂ ਕਰ ਰਹੇ ਨੇ? ਬਾਪੂ ਜੀ, ਸਰਕਾਰ ਤਾਂ ਕਰਜ਼ਾ ਮਾਫ਼ ਕਰਨ ਆਈ ਹੈ, ਅਤੇ ਤੁਸੀਂ ਵਿਰੋਧ ਕਰ ਰਹੇ ਹੋ ਕਿਉਂ? ਇਹ ਫਿਰ ਨਜਾਇਜ਼ ਹੋ ਰਿਹਾ ਜੀ। ਕਿਵੇਂ, ਕੀ ਗੱਲ? ਜਿਹੜੇ ਕਿਸਾਨ ਦੇ ਹੱਕਦਾਰ ਨੇ ਉਹਨਾਂ ਦਾ ਹੋ ਨਹੀਂ ਰਿਹਾ, ਦੂਜਿਆਂ ਦਾ ਹੋ ਰਿਹਾ। ਮਤਲਬ ਕਿ ਜਿਨ੍ਹਾਂ ਦੇ ਸਿਰ 'ਚ ਸੱਚਮੁੱਚ ਕਰਜ਼ਾ ਚੜਿਆ ਹੋਇਆ ਉਹਨਾਂ ਦਾ ਨਾਮ ਹੈ ਨਹੀਂ ਵਿੱਚ, ਅਤੇ ਦੂਜਿਆਂ ਦਾ ਪਿਆ ਹੋਇਆ ਇਸ ਕਰਕੇ ਤੁਸੀਂ ਵਿਰੋਧ ਕਰਨ ਆਏ ਹੋ? ਇਸ ਕਰਕੇ ਹਾਂ ਜੀ, ਸਾਰਿਆਂ ਦਾ ਕਰਜ਼ਾ ਮਾਫ਼ ਹੋਵੇ। ਜਿਹੜਾ ਵੀ ਕਿਸਾਨ ਜਿਹਦਾ ਵੀ ਜਿੰਨਾ ਕਰਜ਼ਾ, ਉਹ ਕਰਜ਼ਾ ਮਾਫ਼ ਹੋਣਾ ਚਾਹੀਦਾ। ਤੁਸੀਂ ਕਿਹੜੇ ਪਿੰਡ ਤੋਂ ਆਵੇ ਜੀ? ਛੀਨੇ ਪਿੰਡ ਤੋਂ ਆਏ। ਤੁਹਾਡੇ ਸਿਰ ਵੀ ਕਰਜ਼ਾ ਜੀ? ਹਾਂਜੀ ਹਾਂਜੀ, ਸਕਿਉਰਟੀ ਦਾ ਕਰਜ਼ਾ। ਕਿੰਨਾ ਕਰਜ਼ਾ ਤੁਹਾਡੇ ਸਿਰ? ਹੈਗਾ 40,000 ਜੀ। ਤੁਹਾਡਾ ਨਾਮ ਆਇਆ ਲਿਸਟ 'ਚ? ਨਹੀਂ ਆਇਆ ਮੇਰਾ ਨਾਮ ਨਹੀਂ ਆਇਆ, ਮੈਂ ਉਹਨੇ ਨੇ ਮੇਰੇ ਚਾਚੇ ਕੋਲ ਵੰਡ ਆਉਂਦਾ, ਉਹਨੇ ਮੇਰੇ ਪਿਓ ਨੂੰ ਵੰਡ ਆਉਂਦੀ ਹੈ। ਮੇਰੇ ਚਾਚੇ ਦਾ ਆ ਗਿਆ, ਸਾਡਾ ਆਇਆ ਨਹੀਂ ਹੈਗਾ ਜੀ। ਪੁੱਛਿਆ ਨਹੀਂ ਤੁਸੀਂ ਕਿਸੇ ਨੂੰ ਵੀ ਕਿਉਂ ਨਹੀਂ ਆਇਆ ਤੁਹਾਡਾ ਨਾਮ ਲਿਸਟ 'ਚ? ਪੁੱਛਿਆ ਜੀ ਮੈਂ, ਜਿਹੜਾ ਸੈਕਟਰੀ ਹੈ ਜੀ, ਪੁੱਛਿਆ ਜੀ ਸੈਕਟਰੀ ਨੂੰ। ਮੈਂ ਸੈਕਟਰੀ ਕਹਿੰਦਾ, ਕਹਿੰਦਾ ਯਾਰ ਪਤਾ ਨਹੀਂ ਕਿਵੇਂ ਆਇਆ, ਕਹਿੰਦਾ ਪਤਾ ਨਹੀਂ ਤਾਂ ਕੋਈ, ਕਹਿੰਦਾ ਤੁਹਾਡੀ ਖਿਫਟ ਖੁੱਟ ਨਹੀਂ ਚੱਕੀ ਵੀ, ਪਤਾ ਤਾਂ ਆ ਗਿਆ ਮੈਂ, ਮੇਰੇ ਚਾਚੇ ਦਾ ਆ ਗਿਆ, ਸਾਡਾ ਕਿਉਂ ਨਹੀਂ ਆਇਆ? ਅਤੇ ਉਹ ਕਹਿੰਦਾ ਯਾਰ ਕਹਿ ਨਹੀਂ ਜਾ ਸਕਦਾ ਕੁਛ, ਕਹਿੰਦਾ ਇਹਦੇ ਬਾਰੇ। ਉਮੀਦ ਲੱਗਦੀ ਹੈ ਵੀ ਕਰਜ਼ਾ ਮਾਫ਼ ਹੋਊਗਾ, ਸਾਰੇ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮਾਫ਼ ਹੋਊ, ਤੁਹਾਨੂੰ ਲੱਗਦਾ ਵੀ ਹੋਊਗਾ ਕਿ ਨਹੀਂ ਹੋਊਗਾ? ਇਹਦਾ ਕੀ ਕਹਿੰਦੇ, ਮੁਸ਼ਕਿਲ ਲੱਗਦਾ ਜੀ। ਇਹ ਪਹਿਲਾਂ ਸਾਰਾ ਲਾਰਾ ਲੱਪੇ ਆ ਜੀ, ਪਹਿਲਾਂ ਸਾਰਿਆਂ ਦਾ ਕਿਹਾ ਸੀਗਾ ਜੀ, ਹੁਣ 2.5 ਤੇ ਆ ਗਏ, ਫਿਰ ਇਕੱਲੀਆਂ ਸਕਿਉਰਟੀਆਂ 'ਤੇ ਆ ਗਏ। ਪਹਿਲਾਂ ਟੋਟਲੀ ਕਿ ਵੀ ਹਰੇਕ ਦੀ ਕਰਾਂਗੇ, ਪਹਿਲਾਂ ਤਾਂ ਐਂ ਕਿਹਾ ਸੀ ਵੀ ਟੋਟਲ ਕਰਜ਼ਾ ਕਰਾਂਗੇ, ਕਿਸੇ ਦੇ ਵੀ ਪ੍ਰਾਈਵੇਟ ਬੈਂਕ ਨਾ, ਚਾਹੇ ਸਰਕਾਰੀ ਦਾ, ਚਾਹੇ ਕਿਸੇ ਬੈਂਕ ਦਾ ਵੀ ਹੈ। ਹੁਣ ਇਕੱਲੀਆਂ ਸਕਿਉਰਟੀਆਂ 'ਤੇ ਆ ਗਏ, ਸਕਿਉਰਟੀਆਂ 'ਤੇ ਵੀ 2.5 ਏਕੜ 'ਤੇ ਆ ਗਏ। 2.5 ਏਕੜ ਦਾ ਵੀ ਨਾਂ ਨਹੀਂ ਆ ਰਿਹਾ ਜੀ ਕਿਤੇ, 2.5 ਏਕੜ ਵਾਲਿਆਂ ਦਾ ਵੀ ਨਾਂ ਨਹੀਂ ਆ ਰਿਹਾ। ਜਿਹਨਾਂ ਕੋਲ 2.5 ਏਕੜ ਜ਼ਮੀਨ ਆ, ਉਹਨਾਂ ਦਾ ਵੀ ਨਾਂ ਲਿਸਟਾਂ 'ਚ ਪਿਆ ਨਹੀਂ ਹੋਇਆ, ਪਿਆ ਨਹੀਂ ਹੈ ਜੀ। ਦੇਖ ਸਕਦੇ ਹਾਂ ਕਿ ਕਿਸਾਨ ਆਪ ਹੀ ਸੰਤੁਸ਼ਟ ਨਹੀਂ ਹੈ, ਔਰ ਇਹ ਜਿਹੜੀ ਅਸੰਤੁਸ਼ਟੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਲਈ ਖਾਸਾ ਵੱਡਾ ਪਰੇਸ਼ਾਨੀ ਦਾ ਸਬੱਬ ਬਣ ਸਕਦੀ ਹੈ। ਇੱਕ ਤੁਹਾਨੂੰ ਹੋਰ ਨਾਲੋਂ ਨਾਲ ਦੱਸਦੇ ਹਾਂ ਕਿ ਜਦੋਂ ਕਿਸਾਨ ਸ਼ਹਿਰ ਦੇ ਵਿੱਚ ਰੋਸ ਮਾਰਚ ਕਰਨ ਦੇ ਲਈ ਇੱਥੋਂ ਰਵਾਨਾ ਹੋਏ ਨੇ, ਤਾਂ ਪਹਿਲਾਂ ਬਕਾਇਦਾ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਸ਼ਹਿਰ ਦੇ ਵਿੱਚ ਕਿਸੇ ਦਾ ਕੋਈ ਨੁਕਸਾਨ ਨਹੀਂ ਕਰਨਾ, ਲਾਈਨਾਂ ਬਣਾ ਕੇ ਚੱਲਣਾ ਹੈ, ਯਾਨੀ ਕਿ ਜ਼ਾਬਤਾ ਔਰ ਅਨੁਸ਼ਾਸਨ, ਇਹ ਦੋਵੇਂ ਚੀਜ਼ਾਂ ਬਣਾਉਂਦੇ ਹੋਏ ਕਿਸਾਨਾਂ ਨੇ ਆਪਣਾ ਜਿਹੜਾ ਰੋਸ ਹੈ ਉਹ ਪੰਜਾਬ ਸਰਕਾਰ ਦਾ ਜਿਹੜਾ ਇੱਕ ਸਮਾਗਮ ਹੈ ਕਰਜ਼ਾ ਮਾਫ਼ੀ ਦੇ ਨਾਂ ਦੇ ਉੱਤੇ, ਉਸ ਦੇ ਵਿੱਚ ਆਪਣਾ ਰੋਸ ਜਿਹੜਾ ਹੈ ਉਹ ਪ੍ਰਗਟ ਕਰਨਾ। ਇਹ ਉਹ ਸਾਰੇ ਕਿਸਾਨ ਨੇ ਜਿਹੜੇ ਸਰਕਾਰ ਦੀ ਨੀਤੀ ਤੋਂ ਜਾਂ ਸਰਕਾਰ ਦੇ ਲਏ ਗਏ ਫੈਸਲੇ ਤੋਂ ਕਿਤੇ ਨਾ ਕਿਤੇ ਸੰਤੁਸ਼ਟ ਨਜ਼ਰ ਨਹੀਂ ਆ ਰਹੇ, ਕਿਉਂਕਿ ਕਿਸਾਨਾਂ ਨੂੰ ਲੱਗ ਰਿਹਾ ਕਿ ਇਹ ਇੱਕ ਲਾਰੇ ਲੱਪੇ ਦੀ ਸਥਿਤੀ ਹੈ। ਔਰ ਲਾਰੇ ਲੱਪੇ ਦੀ ਸਥਿਤੀ ਕਿਵੇਂ ਜੇ ਲੱਗਦੀ ਹੈ, ਕੁਝ ਇੱਕ ਹੋਰ ਕਿਸਾਨਾਂ ਨਾਲ ਗੱਲਬਾਤ ਕਰਕੇ ਕਿਸਾਨਾਂ ਦਾ ਦਰਦ ਤੁਹਾਡੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਕਿਸਾਨਾਂ ਨੂੰ ਧਰਨਾ ਕਿਉਂ ਲਾਉਣਾ ਪੈ ਰਿਹਾ, ਵਿਰੋਧ ਕਿਉਂ ਕਰਨਾ ਪੈ ਰਿਹਾ? ਬਾਈ ਜੀ, ਕੀ ਨਾਂ ਤੁਹਾਡਾ? ਗੰਗਾਰਾਮ ਸਿੰਘ ਹੈ ਜੀ। ਕਿਹੜੇ ਪਿੰਡ ਤੋਂ ਆਏ ਹੋ ਜੀ? ਲਾਈ ਤੋਂ ਜੀ। ਬਾਈ ਜੀ, ਸਰਕਾਰ ਤਾਂ ਕਹਿ ਰਹੀ ਹੈ ਕਰਜ਼ਾ ਮਾਫ਼ ਕਰਨ ਵਾਸਤੇ ਅਸੀਂ ਐਡਾ ਵੱਡਾ ਪ੍ਰੋਗਰਾਮ ਕਰ ਰਹੇ ਹਾਂ, ਆਪਾਂ ਵਿਰੋਧ ਕਿਉਂ ਕਰ ਰਹੇ ਹਾਂ? ਕਿਸਾਨ ਵਿਰੋਧ ਕਿਉਂ ਕਰ ਰਹੇ ਨੇ? ਵਿਰੋਧ ਤਾਂ ਜੀ ਕਾਹਨੂੰ ਕਰਦੇ, ਜਿਹੜੇ 2.5 ਏਕੜ ਵਾਲੇ ਉਹ ਵੀ ਕੋਈ ਆਇਆ ਨਹੀਂ ਜੀ, ਜਮਾਂ ਥੋੜੀਆਂ ਇਸ਼ਟਾਈਆਂ ਐਵੇਂ ਵਿਚਾਰਟ ਹੀ ਕਰਿਆ ਜੀ। ਮਤਲਬ ਕਿ ਤੁਹਾਨੂੰ ਲੱਗ ਰਿਹਾ ਵੀ ਕਿਤੇ ਨਾ ਕਿਤੇ ਗੜਬੜ ਹੈ? ਹਾਂ ਜੀ ਹਾਂ, ਵਿਰੋਧ ਨਹੀਂ ਹੈਗਾ ਜੀ, ਰੋਸ ਆ ਜੀ ਸਾਡਾ, ਰਹਿੰਦੇ ਆ ਜੀ ਕਿਸਾਨ, ਥੋੜ੍ਹੀ ਕਰੇ ਪਿੰਡ 'ਚੋਂ 2-4 ਹੀ ਆਏ ਆ ਮਾਫ਼ੀ 'ਚ, ਦੂਜੇ ਤਾਂ 2.5 ਏਕੜ ਵਾਲੇ ਵੀ ਨਹੀਂ ਆਈ ਆਏ ਆ ਜੀ। ਵੱਡੇ ਕਿਸਾਨਾਂ ਦਾ ਵੀ ਕਰਜ਼ਾ ਮਾਫ਼ ਹੋ ਰਿਹਾ, ਤੁਹਾਨੂੰ ਲੱਗ ਰਿਹਾ ਵੀ 2.5 ਏਕੜ ਤੋਂ ਵੱਧ ਵਾਲਿਆਂ ਦਾ ਵੀ ਕਿਤੇ ਨਾ ਕਿਤੇ ਵਿੱਚ ਆਏ ਹੋਣੇ? ਵਿੱਚ ਵੱਡਿਆਂ ਦਾ ਵੀ ਕਾਬਲਾ ਹੋਇਆ ਜੀ, ਹੈਗਾ ਜੀ 7 ਏਕੜ ਵਾਲਾ ਵੀ ਆਇਆ ਜੀ। 7 ਏਕੜ ਦਾ ਆਈ ਸਾਡੇ ਬੁੜਾਵਾਲ ਪਿੰਡ, 7 ਏਕੜ ਦਾ, 5 ਏਕੜ ਦਾ, 8 ਏਕੜ ਤੱਕ ਕਰਜ਼ੇ ਮਾਫ਼ ਹੋਏ ਨੇ। ਜਿਹੜੇ 1.5 ਕਿੱਲੇ ਵਾਲੇ ਸੀ ਤੇ ਉਹ ਜਾਣੀ ਕਿ 75% ਉਹ ਰਹਿ ਗਏ, ਹਾਂ 80% ਤੱਕ ਉਹ ਜਿਹੜੇ ਛੋਟੇ ਕਿਸਾਨ ਨੇ ਤਾਂ ਰਹਿ ਗਏ, ਅਤੇ ਜਿਹੜੇ ਵੱਡੇ ਕਿਸਾਨ ਨੇ ਉਹਨਾਂ ਦਾ ਕਰਜ਼ਾ ਮਾਫ਼ ਹੋਇਆ।
ਨਹੀਂ ਫਿਰ ਇਹਦੇ ਵਿੱਚ ਬਾਈ ਤੁਹਾਨੂੰ ਇਹ ਲੱਗ ਰਿਹਾ ਵੀ ਸਰਕਾਰ ਸਿਰਫ ਇਹ ਇੱਕ ਕਹਿ ਸਕਦੇ ਆ ਇੱਕ ਤਾਂ ਸ਼ਬਦ ਆ ਡਰਾਮੇਬਾਜ਼ੀ ਵੀ ਤੁਹਾਨੂੰ ਲੱਗਦਾ ਵੀ ਇਹ ਇੱਦਾਂ ਹੋਣ ਦੀ ਗੱਲਬਾਤ ਹੈ ਕੋਈ? ਹਾਂ ਗੱਲਬਾਤ ਹੈਗੀ ਆ ਜੀ, ਸ਼ਰਿਆਂ ਲਿਸਟਾਂ ਲੱਗੀਆਂ ਜੀ, ਲਿਸਟਾਂ ਪੜ੍ਹੀਆਂ ਗਈਆਂ, ਲਿਸਟਾਂ ਵੀ ਦੇਖਿਆ ਗਿਆ ਵੀ ਨਾ 5 ਏਕੜ ਹੈ, 7 ਏਕੜ ਹੈ, 9 ਏਕੜ ਹੈ, ਅਤੇ ਉਹਦੇ ਕਰਜ਼ੇ ਮਾਫ਼ ਹੋਏ ਨੇ 1.5 ਲੱਖ, 2.25 ਲੱਖ, 30 ਹਜ਼ਾਰ, ਜਿਹਦਾ 20 ਹਜ਼ਾਰ ਹੈ, 18 ਹਜ਼ਾਰ ਛੋਟਾ ਕਿਸਾਨ ਦਾ, ਉਹਨੂੰ ਕੋਈ ਕਰਜ਼ਾ ਮਾਫ਼ ਨਹੀਂ ਹੋਇਆ, ਉਹ ਲਿਸਟ ਕੋਈ ਨਾ ਨਹੀਂ ਆਇਆ। ਪੁੱਛਿਆ ਨਹੀਂ ਗਿਆ ਵੀ ਲਿਸਟਾਂ 'ਚ ਨਾਂ ਕਿਉਂ ਨਹੀਂ ਪਏ ਹੈਗੇ? ਪੁੱਛਿਆ ਜੀ ਉਹਨਾਂ ਨੂੰ, ਸੈਟੀ ਵਾਲੇ ਕੋਲ ਗਏ, ਉਹਨਾਂ ਨੇ ਜਵਾਬ ਦਿੱਤਾ ਕਿ ਇਹ ਜਿਹੜਾ ਕਸੂਰ ਹੈ ਇਹ ਸਾਡੇ ਕੋਲ ਲਿਸਟ ਦੇ ਸਾਨੂੰ ਤਾਂ ਪਟਵਾਰੀ ਨੇ ਭੇਜੀ ਗਈ ਹੈ। ਫਿਰ ਬਾਅਦ ਪਟਵਾਰੀ ਕੋਲ ਗਏ ਅਤੇ ਪਟਵਾਰੀ ਕਹਿੰਦਾ ਜੀ ਸਾਡੇ ਕੋਲ ਤਾਂ ਉੱਪਰੋਂ ਲਿਸਟ ਆਈ ਹੈ, ਅਸੀਂ ਉਸ ਤਰ੍ਹਾਂ ਬਣਾ ਕੇ ਭੇਜਤੀ, ਜਾਣੀ ਕਿ ਕੋਈ ਠੋਸ ਜਵਾਬ ਨਹੀਂ ਦਿੱਤਾ ਉਹਨੇ ਸਾਨੂੰ। ਕੁੱਲ ਮਿਲਾ ਕੇ ਕਹਿ ਸਕਦੇ ਹਾਂ ਵੀ ਜਿਹੜਾ ਪੰਜਾਬ ਦੇ ਕਿਸਾਨ ਦੇ ਨਾਲ ਇਸ ਵੇਲੇ ਸਰਕਾਰ ਕਹਿ ਰਹੀ ਹੈ ਵੀ ਅਸੀਂ ਤਾਂ ਮਾਫ਼ ਕਰ ਰਹੇ ਹਾਂ, ਕਰੋੜਾਂ ਰੁਪਈਆ ਸਰਕਾਰ ਨੇ ਲਾਇਆ ਹੋਊਗਾ ਜੀ ਆਹ ਜਿਹੜਾ ਇੱਕ ਜਿਹੜਾ ਸਮਾਗਮ ਤੁਹਾਡੇ ਮਾਨਸੇ ਦੀ ਮੰਡੀ ਦੇ ਵਿੱਚ ਹੋ ਰਿਹਾ, ਜੇ ਬਾਈ ਜੀ ਇਹ ਪੈਸੇ ਜਿਹੜੇ ਪੈਸੇ ਸਰਕਾਰ ਪ੍ਰੋਗਰਾਮ 'ਤੇ ਖਰਚ ਰਹੀ ਹੈ ਜੇ ਇਹੀ ਪੈਸੇ ਕਿਸਾਨਾਂ ਨੂੰ ਦੇ ਦਿੰਦੀ ਕੀ ਉਹਦੇ ਨਾਲ ਫਾਇਦਾ ਹੁੰਦਾ? ਮਾੜਾ ਮੋਟਾ ਬਹੁਤ ਫਾਇਦਾ ਹੁੰਦਾ ਜੀ, ਜਿਹੜਾ ਇਹ ਪੈਸਾ ਫਾਲਤੂ ਗੁਰਦਾਸ ਮਾਨ ਹੋਰ ਘੱਟੋ ਘੱਟ ਵੀ 1 ਕਰੋੜ ਤਾਂ ਖਰਚਾ ਆਊਗਾ, ਘੱਟੋ ਘੱਟ ਹੋ ਸਕਦਾ ਵੱਧ ਵੀ ਆ ਜੇ, ਜੇ ਉਹੀ 1 ਕਰੋੜ 2 ਕਰੋੜ ਸਾਰੇ ਪੰਜਾਬ 'ਚ ਕਰਨਗੇ ਫੈਕਸ਼ਨ ਇਹ ਜੇ, ਘੱਟੋ ਘੱਟ 20-30 ਕਰੋੜ ਤਾਂ ਲੱਗ ਹੀ ਜਾਊਗਾ, ਉਹੀ 20-30 ਕਰੋੜ ਕਿਸਾਨਾਂ 'ਚ ਵੰਡਿਆ ਜਾਂਦਾ, ਕਿੰਨਾ ਫਾਇਦਾ ਹੁੰਦਾ? ਫਾਇਦਾ ਹੋਣਾ ਹੀ ਸੀ, ਇਹ ਜ਼ਰੂਰ ਹੈ ਪੈਸੇ ਦੀ ਸਹੀ ਵੰਡ। ਆਓ ਆਓ ਪਿਆਰੇ ਦਰਸ਼ਕੋ ਨਾਲੋ ਨਾਲ ਚੱਲਦੇ ਹਾਂ ਕਿਉਂਕਿ ਕਿਸਾਨ ਵਹੀਰਾਂ ਘੱਤ ਕੇ ਆਪਣੇ ਹੱਕ ਦੇ ਲਈ ਆਪਣਾ ਰੋਸ ਜਿਹੜਾ ਹੈ ਉਹ ਪ੍ਰਗਟ ਕਰਨ ਦੇ ਲਈ ਉਸ ਥਾਂ ਵੱਲ ਵੱਧ ਰਹੇ ਨੇ ਜਿੱਥੇ ਸਰਕਾਰੀ ਪੱਧਰ ਦੇ ਉੱਤੇ ਜਿਹੜਾ ਕਰਜ਼ਾ ਮਾਫ਼ੀ ਦਾ ਸਮਾਗਮ ਹੈ ਉਹ ਸਮਾਗਮ ਸਰਕਾਰ ਵੱਲੋਂ ਉਲੀਕਿਆ ਗਿਆ। ਆਓ ਤੁਹਾਨੂੰ ਅਗਲੀਆਂ ਤਸਵੀਰਾਂ ਉਸ ਪ੍ਰੋਗਰਾਮ ਤੋਂ ਉਸ ਸਮਾਗਮ ਤੋਂ ਸਿੱਧੀਆਂ ਕਿਸਾਨਾਂ ਦੇ ਰੋਸ ਦੇ ਨਾਲ ਔਰ ਸਰਕਾਰੀ ਪੱਧਰ ਦੇ ਪ੍ਰੋਗਰਾਮ ਦੀਆਂ ਜੁੜੀਆਂ ਹੋਈਆਂ ਦਿਖਾਵਾਂਗੇ। ਕਿਸਾਨੀ ਕੋਈ ਸੌਖਾ ਕੰਮ ਨਹੀਂ, ਜਦੋਂ ਵੀ ਤੁਸੀਂ ਕਿਸਾਨ ਦੇ ਖੇਤਾਂ ਦੇ ਕੋਲ ਨਿਕਲਦੇ ਹੋ ਤੁਹਾਨੂੰ ਆਪਣੇ ਆਪ ਸਿਆੜ ਕੱਢੇ ਹੋਏ ਨਜ਼ਰ ਆਉਂਦੇ ਆ। ਮਾਨਸਾ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਨਾਲ ਜੁੜੇ ਹੋਏ ਵੱਖ ਵੱਖ ਪਿੰਡਾਂ ਤੋਂ ਸਾਰੇ ਪੰਜਾਬ ਤੋਂ ਪਹੁੰਚੇ ਹੋਏ ਕਿਸਾਨ ਜਦੋਂ ਸ਼ਹਿਰ ਦੇ ਵਿੱਚ ਦੀ ਆਪਣਾ ਰੋਸ ਪ੍ਰਦਰਸ਼ਨ ਵਿਅਕਤ ਕਰ ਰਹੇ ਨੇ ਦਰਸਾ ਰਹੇ ਨੇ ਤਾਂ ਇੱਕ ਗੱਲ ਤੁਹਾਨੂੰ ਬੜੇ ਬੜੇ ਚੰਗੇ ਤਰੀਕੇ ਨਾਲ ਮੰਨਣੀ ਪਏਗੀ ਕਿ ਤਰਤੀਬ ਜਿਸ ਚੀਜ਼ ਨੂੰ ਕਹਿੰਦੇ ਆ, ਠੀਕ ਹੈ ਸਰਕਾਰੀ ਨੀਤੀਆਂ ਸਰਕਾਰੀ ਵਾਅਦਿਆਂ ਦੇ ਵਿੱਚ ਤਬਦੀਲ ਹੋਣ ਤੱਕ ਜਿਹੜੀ ਤਰਤੀਬ ਆ ਉਹ ਕਦੇ ਵਿਗੜਦੀ ਨਜ਼ਰ ਆਉਂਦੀ ਆ, ਪਰ ਸਾਡੇ ਕਿਸਾਨਾਂ ਨੂੰ ਧਿਆਨ ਨਾਲ ਔਰ ਗੌਰ ਨਾਲ ਵੇਖੋ ਕਿ ਸਾਰੇ ਮਾਨਸਾ ਸ਼ਹਿਰ ਦੇ ਵਿੱਚ ਦੀ ਰੋਸ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਪਰੰਤੂ ਤਰਤੀਬ ਟੁੱਟਣ ਨਹੀਂ ਦਿੱਤੀ ਜਾ ਰਹੀ। 2 ਲਾਈਨਾਂ ਬਣਾ ਕੇ ਬਾਜ਼ਾਰ ਦੇ ਵਿੱਚ ਦੀ ਆਪਣਾ ਰੋਸ ਪ੍ਰਦਰਸ਼ਨ ਜਿਹੜਾ ਦਿਖਾਇਆ ਜਾ ਰਿਹਾ ਤਾਂ ਜੋ ਸ਼ਹਿਰ ਵਾਸੀਆਂ ਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਨਾ ਹੋਵੇ ਔਰ ਅਨੁਸ਼ਾਸਿਤ ਢੰਗ ਨਾਲ ਅਨੁਸ਼ਾਸਨ ਦੇ ਵਿੱਚ ਰਹਿ ਕੇ ਹੀ ਆਪਣਾ ਜਿਹੜਾ ਰੋਸ ਹੈ ਉਹ ਦਰਸਾਇਆ ਜਾ ਸਕੇ। ਤਕਲੀਫ ਦਿੱਤੇ ਬਿਨਾਂ ਆਪਣੀ ਤਰਤੀਬ ਨੂੰ ਕਿਸ ਤਰੀਕੇ ਨਾਲ ਬਣਾ ਕੇ ਰੱਖਣਾ ਚਾਹੀਦਾ ਇਹ ਪੰਜਾਬ ਦੇ ਸਾਡੇ ਇਹਨਾਂ ਮਿਹਨਤੀ ਸਿਰੜੀ ਪਰ ਅੱਜ ਸਰਕਾਰੀ ਨੀਤੀਆਂ ਤੋਂ ਅੱਕ ਤੇ ਥੱਕ ਚੁੱਕੇ ਕਿਸਾਨਾਂ ਤੋਂ ਜ਼ਰੂਰ ਸਿੱਖਣਾ ਚਾਹੀਦਾ। ਕੀ ਨਾਮ ਬਾਈ ਜੀ ਆਪਣਾ? ਮੇਰਾ ਨਾਮ ਜੂੜ ਸਿੰਘ ਹੈ ਜੀ, ਪਿੰਡ ਮੇਰਾ ਅਕਲੀਆ ਜ਼ਿਲ੍ਹਾ ਮਾਨਸਾ ਦੇ ਵਿੱਚ ਪੈਂਦਾ। ਜਦੋਂ ਚੋਣ ਦੇ ਵਿੱਚ ਇਹਨਾਂ ਨੇ ਮੈਨੀਫੈਸਟੋ ਦਿੱਤਾ ਹੈ ਕਾਂਗਰਸ ਨੇ ਇਹਨਾਂ ਦੀ ਵਰਕਰਾਂ ਨੇ ਕਰਜ਼ਾ ਮਾਫ਼ੀ ਵਾਲੇ ਫਾਰਮ ਭਰੇ ਸੀਗੇ, ਜਦਕਿ ਉਹ ਰਸੀਦਾਂ ਵੀ ਸਾਡੇ ਕੋਲ ਨੇ ਪਿੰਡਾਂ ਦੇ ਵਿੱਚ ਤੁਹਾਡੇ ਕੋਲ ਆ ਕੇ। ਹਾਂਜੀ, ਇਹਨਾਂ ਨੇ ਕਿਹਾ ਸੀ ਵੀ ਅਸੀਂ ਸਮੁੱਚਾ ਕਰਜ਼ੇ ਦੇ ਉੱਤੇ ਲਕੀਰ ਮਾਰਾਂਗੇ, ਜਦਕਿ ਉਹ ਵਾਅਦਾ ਸਰਕਾਰ ਅੱਜ ਮੁੱਕਰ ਰਹੀ ਹੈ। ਉਸ ਸਰਕਾਰ ਨੂੰ ਵਾਅਦਾ ਪੂਰਾ ਕਰਨਾ ਚਾਹੀਦਾ, ਲੋਕਾਂ ਨਾਲ ਐਗਰੀਮੈਂਟ ਕਰਕੇ ਇਹਨਾਂ ਨੇ ਸਰਕਾਰ ਬਣਾਈ ਸੀ, ਜਦਕਿ ਉਹ ਐਗਰੀਮੈਂਟ ਫਾਰਮ ਭਰ ਕੇ ਅੱਜ ਉਹ ਸਰਕਾਰ ਸਰਿਆਂ ਵੀ ਮੁੱਕਰ ਰਹੀ ਹੈ। ਜੇਕਰ ਇਹ ਸਮੁੱਚਾ ਕਰਜ਼ਾ ਮਾਫ਼ ਕਰਦੇ ਹੈ ਤਾਂ ਸਾਨੂੰ ਕਿਸਾਨਾਂ ਨੂੰ ਰੈਲੀਆਂ ਕਰਨ ਦੀ ਜਾਂ ਮੁਜ਼ਾਹਰੇ ਕਰਨ ਦੀ ਲੋੜ ਨਹੀਂ। ਇੱਕ ਮਿੰਟ ਬਾਪੂ ਜੀ, ਕੀ ਨਾਮ ਤੁਹਾਡਾ? ਗੁਰਬਚਨ ਸਿੰਘ ਜੀ। ਅੱਜ ਕਿਹੜਾ ਪਿੰਡ ਹੈ ਜੀ? ਭੰਮੇ ਖੁਰਦਾ ਜੀ। ਬਾਪੂ ਜੀ, ਤੁਹਾਨੂੰ ਉਮਰ ਦਾ ਵੀ ਤੁਹਾਡੇ ਕੋਲ ਤਜਰਬਾ ਹੈ, ਖੇਤੀ ਨਾਲ ਜ਼ਮੀਨ ਨਾਲ ਜੁੜੇ ਨੂੰ ਵੀ ਤੁਹਾਨੂੰ ਬਹੁਤ ਦੇਰ ਹੋ ਗਈ ਹੋਣੀ ਹੈ। ਅੱਜ ਦੇ ਟਾਈਮ 'ਚ ਖੇਤੀ ਨੂੰ ਤੇ ਕਿਸਾਨੀ ਨੂੰ ਕਿਵੇਂ ਜੇ ਦੇਖਦੇ ਹੋ ਤੁਸੀਂ? ਅਸੀਂ ਜੀ ਕਿਸਾਨੀ ਨੇ ਜਮਾਂ ਲੁੱਟੇ ਗਏ, ਉਦੋਂ ਆਪਣਾ ਬਾਦ ਇਹਨੇ ਕੈਪਟਨ ਸਾਹਿਬ ਨੇ ਫਿਰ ਤੇ ਕੁੱਟ ਕੇ ਰੱਖੇ, ਇਹ ਕੰਮ ਕਰਿਆ ਜੀ ਵੀ ਮੈਨੂੰ ਗੱਡੀ 'ਚ ਬਹਾਓ, ਮੈਂ ਸਾਰੇ ਕਿਸਾਨਾਂ ਦੇ ਪੈ ਹੁਣ ਕਿਸਾਨ ਮਰਨ ਨੂੰ ਜੀ ਕਰਦਾ ਕਹਿਦਾ, ਮੈਂ ਫੀ ਫਾਲਦਾ ਮਰਨ ਮੇਰਾ ਵੀ ਨਹੀਂ ਜੀ ਕਰਦਾ, ਭਾਵੇਂ ਮੇਰੇ ਡਾਂਗਾਂ ਪੈਂਦੇ ਉਹ ਕਦੇ ਫਿਰ ਵੀ ਮੇਰਾ ਮਰਨ ਜੀ ਕਰਦਾ, ਭਾਵੇਂ ਮੈਨੂੰ ਪੁੱਤ ਪੁੱਤਾਂ ਰੋਟੀ ਜਾਂਦੇ ਪਏ ਫਿਰ ਵੀ ਮੈਂ ਕਹਾਂ ਚੱਕ ਦੇਖੋ, ਪਰ ਜਦੋਂ ਹੁਣ ਕਰੀਏ ਕੀ ਦੁਖੀ ਹੁੰਦੇ, ਕਿਤੇ ਪੁੱਤ ਦਾ ਵਿਆਹ ਰਹਿ ਗਿਆ, ਕਿਤੇ ਧੀ ਦਾ ਵਿਆਹ ਰਹਿ ਗਿਆ, ਅਤੇ ਕਿਸਾਨੀ ਨੇ ਜਮਾਂ ਲੁੱਟ ਲਈ। ਇਹ
ਕੈਪਟਨ ਸਾਹਿਬ ਨੂੰ ਵਾਅਦੇ ਪੂਰੇ ਕਰਨੇ। ਮਤਲਬ ਕਿ ਜਿਹੜੀਆਂ ਜਿਹੜੀ ਖੁਦਕੁਸ਼ੀਆਂ ਦੀ ਗੱਲ ਆ ਰਹੀ ਹੈ, ਇਹ ਗੱਲ ਬੜੀ ਮਹੱਤਵਪੂਰਨ ਹੈ। ਦੇਖੋ ਅੱਜ ਕੋਈ ਪਤਾ ਨਹੀਂ ਹੈ ਕਿ ਜਿਸ ਤਰੀਕੇ ਨਾਲ ਕਰਜ਼ੇ ਤੁਹਾਡੇ ਸਿਰ ਚੜੇ ਹੋਏ ਆ, ਹਰ ਰੋਜ਼ ਖਬਰਾਂ ਆ ਰਹੀਆਂ ਕਿ ਫਲਾਣੇ ਪਿੰਡ 'ਚ ਫਲਾਣੇ ਕਿਸਾਨ ਨੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀਆਂ ਨੂੰ ਰੋਕਣ ਵਾਸਤੇ ਜੇ ਸਰਕਾਰ ਹੁਣ ਕਹਿ ਰਹੀ ਹੈ ਵੀ ਅਸੀਂ ਕਰਜ਼ਾ ਮਾਫ਼ ਕਰ ਰਹੇ ਹਾਂ, ਸ਼ੁਰੂਆਤ 'ਚ ਥੋੜ੍ਹਿਆਂ ਦਾ ਕਰ ਰਹੇ ਹਾਂ ਚਾਹੇ, ਤੁਸੀਂ ਉਹ ਤੋਂ ਖੁਸ਼ ਨਹੀਂ ਜਾਂ ਤੁਹਾਨੂੰ ਉਹ 'ਚ ਕੋਈ ਕਮੀਆਂ ਨਜ਼ਰ ਆਉਂਦੀਆਂ ਨੇ? ਨਾ ਜੀ, ਸਾਨੂੰ ਖੁਸ਼ ਹੈ ਅਸੀਂ ਤਾਂ ਜੀ ਕਰਜ਼ਾ ਮਾਫ਼ ਕਰੇ, ਖੁਦਕੁਸ਼ੀਆਂ ਕਰੀਏ ਵੀ ਕਿਉਂ ਅਸੀਂ? ਜੇ ਸਾਨੂੰ ਘਰੇ ਸੌਖੀ ਰੋਟੀ ਮਿਲਦੀ ਹੋਵੇ ਕਿਉਂ ਮਾਰਨੂੰ ਕੀਤਾ ਜੀ ਕਰਦਾ ਜੀ? ਮਰਨ ਨੂੰ ਕਿਹਦਾ ਜੀ ਕਰਦਾ, ਇਹ ਬੜੀ ਮਹੱਤਵਪੂਰਨ ਗੱਲ ਹੈ ਜੀ ਕਿ ਰੰਗਲਾ ਜੱਗ ਛੱਡ ਕੇ ਜਾਣ ਨੂੰ ਕਿਸੇ ਦਾ ਜੀ ਨਹੀਂ ਕਰਦਾ। ਆਓ ਪਿਆਰੇ ਦਰਸ਼ਕੋ, ਮਾਨਸਾ ਦੇ ਵਿੱਚ ਹੀ ਇੱਕ ਪਾਸੇ ਕਿਸਾਨ ਰੋ, ਦੂਜੇ ਪਾਸੇ ਸਰਕਾਰੀ ਸਮਾਗਮ, ਪੁਲਿਸ ਦੀ ਬਹੁਤ ਜ਼ਿਆਦਾ ਬਹੁਤਾਤ ਦੇ ਵਿੱਚ ਨਫਰੀ ਜਿਹੜੀ ਹੈ ਤੈਨਾਤ ਕੀਤੀ ਹੋਈ ਹੈ। ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰੀ ਪੱਧਰ ਦਾ ਕਰਜ਼ਾ ਮਾਫ਼ੀ ਦੀ ਸਕੀਮ ਔਰ ਕਿਸਾਨਾਂ ਦੀ ਅਸਲ ਜ਼ਮੀਨੀ ਹਕੀਕਤ ਬਦਲੇਗੀ, ਨਹੀਂ ਬਦਲੇਗੀ। ਮਾਨਸਾ ਤੋਂ ਕੈਮਰਾ ਪਰਸਨ ਮਨਦੀਪ ਸਿੰਘ ਦੇ ਨਾਲ ਪ੍ਰਿੰਸ ਭਾਰਦਵਾਜ, ਜਸ ਪੰਜਾਬੀ।